ਤਰਨਤਾਰਨ ਦੇ ਥਾਣਾ ਸਦਰ ਦੇ ਅਧੀਨ ਪੈਂਦੇ ਨਾਕਾ ਖੱਬੇ ਡੋਗਰਾ ਵਿਖੇ ਤਿੰਨ ਪੁਲਿਸ ਮੁਲਾਜ਼ਮ 500 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਇੱਕ ਦੂਜੇ ਨੂੰ ਗੰਭੀਰ ਸੱਟਾਂ ਲਗਾ ਕੇ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀ ਹਾਲਤ ਵਿੱਚ ਜ਼ੇਰ ਇਲਾਜ ਪਏ ਪੁਲਿਸ ਮੁਲਾਜ਼ਮ ਬਲਵਿੰਦਰ ਸਿੰਘ ਅਤੇ ਹਰਚਰਨ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਪੰਜਾਬ ਪੁਲਿਸ ਦੇ ਹੋਮਗਾਰਡ ਵਜੋਂ ਤੈਨਾਤ ਹਨ। ਸਾਨੂੰ ਉਲਟਾ ਕਹਿ ਰਹੇ ਕਿ ਤੁਸੀਂ ਇਹ ਨਹੀਂ ਕਹਿਣਾ, ਤੁਸੀਂ ਕਹਿਣਾ ਵੀ ਸਾਡਾ ਆਪਸ ਵਿੱਚ ਝਗੜਾ ਹੋ ਗਿਆ। ਤੁਸੀਂ ਕੀ ਚਾਹੁੰਦੇ ਜੋ? ਅਸੀਂ ਇਨਸਾਫ ਚਾਹੁੰਦੇ ਜੀ, ਪਰਚਾ ਚਾਹੀਦਾ ਉਹ ਬੰਦੇ 'ਤੇ ਉਹ ਦਰਦ ਹੈ। ਸਰ ਇਸ ਤੋਂ ਮੈਂ 500 ਰੁਪਇਆ ਧਰ ਲੈਣਾ ਸੀ ਘਿਓ ਸਿੰਘ ਇੰਚਾਰਜ, ਅੱਜ ਤੋਂ 4-5 ਦਿਨ ਪਹਿਲੇ। ਅੱਛਾ, ਇਹਨੂੰ ਮੈਂ ਕਿਹਾ ਮੇਰੇ ਤੋਂ ਪੈਸਾ ਨਹੀਂ ਆ, ਮੈਨੂੰ ਜਿਹੜੇ ਲਏ ਆ ਉਹ ਵਾਪਸ ਕਰ ਦਿਓ। ਇਹ ਮੇਰੇ ਗਲ ਪੈ ਗਿਆ, ਹੱਥੋਂ ਪਾਈ ਹੋ ਗਿਆ ਮੇਰੇ ਨਾਲ, ਜਦੋਂ ਮੈਂ ਗੋਲੀ ਮਤਲਬ ਕਾ ਕਰਨ ਰਫਲ ਦਾ ਸਿੱਧਾ ਕਰਨ ਲੱਗਿਆ, ਮੈਂ ਬਾਹਰੋਂ ਬੰਦੇ ਅਣਸਪਤ ਆਮ ਛੱਤੇ ਪੈ ਗਏ ਆਪਣਾ ਬਚਾਅ ਕਰਨ ਵਾਸਤੇ, ਇਹਨੇ ਮੈਗਜ਼ੀਨ ਉਤਾਰ ਲਿਆ, ਉਹਨਾਂ ਆਣ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਂਜੀ, ਬਹੁਤ ਜ਼ਿਆਦਾ ਸਰ, ਸਿਰ 'ਚ ਦੇਖ ਲਓ, ਸਿਰ ਵੀ ਸਾਰੇ ਫਟਿਆ ਪਿਆ। ਝਗੜਾ ਸਰ, ਇਹ ਤਾਂ 500 ਰੁਪਏ ਦਾ ਰਹਿ, ਮੈਂ ਸੁਰੇ ਲਈ ਬੱਜੇ ਆ ਪੈਸੇ, ਆਹ ਗੱਲ ਹੋ ਜੀ ਬਸ। ਤੁਸੀਂ ਦੇਣੇ ਸੀ? ਹਾਂਜੀ, 500 ਰੁਪਏ। ਹਾਂ, ਮੈਂ ਸੁਰੇ ਪੈਸੇ ਜੋ ਗੱਲ ਜੇ 50 ਰੁਪਏ ਲੈਣੇ ਮੇਰੇ ਨਾਲ, ਵੀ ਭਾਈ ਸ਼ਰਾਬ ਪੀਤੀ ਆ, ਪਹਿਲਾਂ ਸ਼ਰਾਬ ਮੰਗਾਈ ਬੋਲ। ਸਾਰਿਆਂ ਨੇ ਪੀਤੀ? ਹਾਂਜੀ, ਸਾਰਿਆਂ ਪੀਤੀ, ਤਿੰਨਾਂ ਜਾਣੇ ਨੇ, ਤਿੰਨਾਂ ਨੇ। ਚਲੋ, ਲੈਣ ਦੇਣ ਤਾਂ ਇਹਨਾਂ ਦਾ ਹੈਗਾ ਸੀ ਪੈਸਿਆਂ ਦਾ, ਅਤੇ ਕਿਹੜੇ ਟਾਈਮ ਹੋ ਜਾਂਦਾ ਵਾ, ਪੁਲਿਸ ਮੁਲਾਜ਼ਮ ਵੀ ਜਿਹੜੇ ਆ ਇਹ ਸਾਰੇ ਆ, ਠੀਕ ਹੈ ਨਾ, ਕੋਈ ਗੱਲ ਨਹੀਂ, ਉਹ ਕਰ ਰਹੇ ਵੈਰੀਫਾਈ, ਸ਼ਰਾਬ ਵਾਲੇ ਵੈਰੀਫਾਈ ਕਰ ਰਹੇ ਹਨ, ਸੀਨੀਅਰ ਅਫਸਰ ਮੌਕੇ 'ਤੇ ਗਏ ਸੀ, ਠੀਕ ਹੈ ਜੀ, ਵੈਰੀਫਾਈ ਹੋ ਗਿਆ, ਜਾ ਰਹੇ ਆ ਸੀਨੀਅਰ ਅਫਸਰ, ਜਾ ਰਹੇ ਆ ਪਤਾ ਲੈਣ ਵਾਸਤੇ, ਜਾ ਰਹੇ ਆ ਬਿਆਨ ਲਿਖਣ ਵਾਸਤੇ ਜਾ ਰਹੇ ਆ। ਤਰਨਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।